किस मूड के उत्ते चला रहे हो तो की इहदा तुहानूं लगदा लोकां नूं अज रोपड़ जिले स्पीकर साहब साढ़े राला के पी जी जिन्हां दी मेहनत सदका इन्होंने कहा कि उस वे कि साढ़े रोपड़ के जेडे पेशेंट ने उन्हां पी जी आई जाना पैंदा ट्रस्टा दे लई। सो अज असी पी पी मोड़ च इत्थे सी टी स्कैन की ओपनिंग की उहदे नाल एक असी लैब जिहड़ी आ उह इत्थे बनाई आ जिहदी अज ओपनिंग की आ। सो मैं समझना इहदे नाल असी सेहत सहूलतां बेहतर देने लई ਇਹ ਅੱਜ ਉਪਰਾਲਾ ਜਿਹੜਾ ਸਪੀਕਰ ਸਾਹਿਬ ਦੀ ਮਿਹਨਤ ਸਦਕਾ ਜਿਹੜਾ ਇੱਥੇ ਅੱਜ ਪ੍ਰੋਜੈਕਟ ਦਿੱਤਾ ਇਹਨਾਂ ਨੂੰ। ਸੋ ਹੁਣ ਚੰਡੀਗੜ੍ਹ ਪੀ ਜੀ ਆਈ ਜਾਣ ਦੀ ਲੋੜ ਨਹੀਂ ਪਏਗੀ। ਜਿੰਨੇ ਵੀ ਟੈਸਟ ਹੋਣਗੇ ਸੀ ਟੀ ਸਕੈਨ ਇੱਥੇ ਹੋਣਗੇ, ਬਲੱਡ ਦੇ ਜਿੰਨੇ ਸੈਂਪਲ ਨੇ ਉਹਨਾਂ ਦੇ ਟੈਸਟ ਇੱਥੇ ਹੋਣਗੇ, ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਏਗੀ। ਸੋ ਅੱਜ ਤੁਸੀਂ ਵੇਖਿਆ ਕਿੱਡਾ ਵੱਡਾ ਪ੍ਰੋਜੈਕਟ ਹੈ, ਕਮ ਸੇ ਕਮ 2.5 ਕਰੋੜ ਦੀ ਲਾਗਤ ਨਾਲ ਇਹ ਜਿਹੜਾ ਹੈ ਇਹ ਪ੍ਰੋਜੈਕਟ ਅੱਜ ਇੱਥੇ ਅਸੀਂ ਚਾਲੂ ਕੀਤਾ। ਇਹਦੇ 'ਚ ਵੀ ਜੋ ਮਾਰਕੀਟ ਦੇ ਰੇਟ ਨੇ ਉਹਨਾਂ ਨਾਲ 70% ਘੱਟ ਰੇਟ ਜਿਹੜੇ ਇਹਦੇ ਨੇ, ਬਹੁਤ ਥੋੜ੍ਹੇ ਜਿਹੇ ਜਿਹੜੇ ਨੇ ਚਾਰਜ ਇੱਥੋਂ ਲਏ ਜਾਣਗੇ। ਸੋ ਹੈ ਹੀ ਪੀ ਪੀ ਮੋਡ 'ਚ ਹੈ ਜੀ, ਸਾਡੀ ਲੈਬ ਆਲਰੇਡੀ ਹੈਗੀ ਜੀ, ਉਹ ਬੜੇ ਥੋੜ੍ਹੇ ਟਾਈਮ ਦੀ ਚੱਲਦੀ ਹੈ, ਲੋਕਾਂ ਦੀ ਡਿਮਾਂਡ ਹੈ ਵੀ 24 ਘੰਟੇ। ਇਸੇ ਕਰਕੇ ਇਹ ਨਵੀਂ ਲੈਬ ਇੱਥੇ ਅਸੀਂ ਬਣਾਈ ਹੈ। ਸੋ ਇੱਥੇ ਹਰ ਤਰ੍ਹਾਂ ਦੇ, ਅੱਗੇ ਤਾਂ 1-2 ਟੈਸਟ ਇੱਥੇ ਹੁੰਦੇ ਸੀਗੇ, ਹੁਣ ਹਰ ਤਰ੍ਹਾਂ ਦੇ ਟੈਸਟ ਇੱਥੇ ਹੋਣਗੇ। ਸੀ ਟੀ ਸਕੈਨ ਜਿੰਨੀਆਂ ਵੀ ਬਿਮਾਰੀਆਂ ਨੇ ਉਹਦੇ ਸਾਰੇ ਟੈਸਟ ਜਿਹੜੇ ਨੇ ਇੱਥੇ ਹੋਣਗੇ। ਇਹਦੇ ਨਾਲ 70% ਡਿਸਕਾਊਂਟ 'ਤੇ ਹੋਣਗੇ, ਉਹ ਜ਼ਿਆਦਾ ਨਹੀਂ ਇਹਦੇ ਚਾਰਜਿਸ, ਬਿਲਕੁਲ ਥੋੜ੍ਹੇ ਚਾਰਜਿਸ। ਇਹਦੇ ਸਟਾਫ ਜਿਹੜਾ ਹਸਪਤਾਲ ਤੋਂ ਹੋਊਗਾ ਬਾਹਰੋਂ ਹੋਊਗਾ ਜੀ? ਇਹ ਸਾਰਾ ਬਾਹਰੋਂ ਸਟਾਫ, ਸਾਰੀ ਜਿਹੜੀ ਪ੍ਰਾਈਵੇਟ ਕੰਪਨੀ ਹੈ ਉਹਦਾ ਸਾਰਾ ਸਟਾਫ ਵਿੱਚ ਹੋਏਗਾ। ਇਹ ਸਟਾਫ 24 ਘੰਟੇ ਰਾਤ ਦਿਨ ਇੱਥੇ ਕੰਮ ਕਰੇਗਾ। ਸਰ ਇੱਕ ESI ਦੇ ਤਹਿਤ ਸਰਕਾਰ ਦੇ ਕੋਲ 750 ਕਰੋੜ ਰੁਪਏ ਦੇ ਲਗਭਗ ਦਾ ਫੰਡ ਇਕੱਠਾ ਹੋਇਆ। ਉਦਯੋਗਪਤੀਆਂ ਦਾ ਦੋਸ਼ ਹੈ ਵੀ ਜਿਹੜਾ ਫੰਡ ਹੈ ਸਰਕਾਰ ਹੈ ਉਹ ਯੂਜ਼ ਨਹੀਂ ਕਰ ਰਹੀ, ਉਹਦੇ ਵਿੱਚੋਂ 500 ਕਰੋੜ ਰੁਪਏ ਜਿਹੜਾ ਹਜੇ ਅੱਧੀ ਪਿਆ ਹੈਗਾ, 250 ਕਰੋੜ ਰੁਪਏ ਯੂਜ਼ ਕਰਿਆ। ਦੇਖੋ ਉਦਯੋਗਪਤੀ ਇਹਦਾ ਰੋਸ ਕਰ ਰਹੇ। ਨਹੀਂ ਕੋਈ ਇਹੋ ਜਿਹੀ ਗੱਲ ਨਹੀਂ ਜੀ, ਹੁਣ ਪੈਸੇ ਨੇ, ਪੈਸੇ ਹੀ ਹੁਣ ਆਏ ਨੇ ਜੀ। ਸੋ ਪੈਸੇ ਹੁਣ ਅਸੀਂ ਸਾਰੇ ਜਿਹੜਾ ਪ੍ਰੋਜੈਕਟ ਜਿਹੜੇ ਨੇ ਉਹਦੇ ਤਿਆਰ ਕਰ ਰਹੇ ਨੇ, ਥੋੜ੍ਹਾ ਟਾਈਮ ਲੱਗਦਾ। ਸਾਰੇ ਪੈਸੇ ਜਿਹੜੇ ਨੇ ਉਹ ਇਸੇ ਕੰਮ 'ਤੇ ਖਰਚੇ ਜਾਣਗੇ। ਸਰ ਟਾਈਮ ਦਾ ਕਾਰਜਕਾਲ ਤਾਂ ਸਰਕਾਰ ਦਾ ਪੂਰਾ ਹੋਣ ਵਾਲਾ ਇਸ ਟਾਈਮ ਦਾ, ਪਰ ਪੈਸੇ ਤੁਸੀਂ ਜੇ ਪਲਾਨ ਬਣ ਰਹੇ ਹਜੇ ਤੱਕ ਤਾਂ ਵੇਖੋ। ਜਦੋਂ ਕੋਈ ਗੱਲ ਨਹੀਂ, ਫਿਕਰ ਨਾ ਕਰੋ, ਗਾਂ ਵੀ ਸਾਡੀ ਸਰਕਾਰ ਜਿਹੜੀ ਆ ਰਿਪੀਟ ਕਰੂਗੀ। ਉਹ ਜੇ ਕੋਈ ਕੰਮ ਰਹਿ ਜਾਣਗੇ ਤੇ ਅਗਲੇ ਹੁਣ ਨਵੀਂ ਸਰਕਾਰ ਦੇ ਟਾਈਮ ਕਰਾਂਗੇ। ਸੋ ਤੁਸੀਂ ਮਨ ਬਣਾ ਲਿਆ ਸਾਰਿਆਂ ਨੇ ਫਿਰ ਦੁਬਾਰਾ ਕਾਂਗਰਸ ਦੀ ਸਰਕਾਰ ਦਾ, ਜੇ ਕੋਈ ਕੰਮ ਰਹਿ ਜਾਏਗਾ ਤੇ ਅਗਲੀ ਵਾਰ ਕਰ ਲਾਂਗੇ। ਪੱਤਰਕਾਰ ਤਾਂ ਤੁਸੀਂ ਹੈਗੇ, ਰੋਪੜ ਨਿਵਾਸੀ ਵੀ ਆ, ਧੰਨਵਾਦ ਕਰੋ ਹੁਣ ਸੋਨੀ ਸਾਹਿਬ ਨੇ ਜਿਹੜੀ ਅੱਜ ਦੇਣ ਦਿੱਤੀ ਆ, ਧੰਨਵਾਦ ਤੁਹਾਡਾ। ਸਵਾਲ ਹੋਰ ਨੇ ਜੀ, ਸਟਾਫ, ਨਰਸਾਂ, ਲੈਬੋਰਟਰੀ ਟੈਕਨੀਸ਼ੀਅਨ ਸਾਰੇ ਮੁਲਾਜ਼ਮ ਸਾਰੇ ਮੁਲਾਜ਼ਮ ਹੜਤਾਲ ਗਏ ਆ, ਅਧਰੰਗ ਹੋਇਆ ਹੋਇਆ ਜੀ ਤੁਹਾਡੇ ਡਿਪਾਰਟਮੈਂਟ ਨੂੰ। ਮੈਂ ਦੱਸਾਂ ਜੀ, ਜਦੋਂ ਵੀ ਇਲੈਕਸ਼ਨ ਆਉਣ ਵਾਲੀ ਹੁੰਦੀ ਹੈ, 1-2 ਮਹੀਨੇ ਰਹਿ ਜਾਂਦੇ ਨੇ, ਉਦੋਂ ਸਾਰੇ ਇੰਪਲਾਈ ਜਿਹੜੇ ਨੇ ਉਹਨਾਂ ਨੂੰ ਹੁੰਦਾ ਵੀ ਕੁਛ ਨਾ ਕੁਛ ਜਾਂਦਿਆਂ ਸਰਕਾਰ ਕੋਲ ਲੈ ਲਈਏ। ਬਹੁਤ ਕੁਛ ਦਿੱਤਾ ਅਸੀਂ, 36,000 ਜਿਹੜੇ ਇੰਪਲਾਈ ਨੇ ਜਿਨ੍ਹਾਂ ਦੇ ਜਿਹੜੇ ਕੰਟੈਕਟ ਸੀ ਸਾਡੇ ਕੋਲ, 36,000 ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਸਰਕਾਰ ਕਰਨ ਜਾ ਰਹੀ ਆ, ਜਿਨ੍ਹਾਂ ਦੇ 10 ਸਾਲ ਜਿਹੜੇ ਨੇ ਪੂਰੇ ਹੋ ਗਏ ਨੇ। ਸੋ 36,000 ਇੰਪਲਾਈ ਨੇ, ਹਰ 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 ਡਿਪਾਰਟਮੈਂਟ ਦੇ ਇੰਪਲਾਈ ਉਹਦੇ 'ਚ ਨੇ। ਨੋ ਜੀ, ਇਹ ਥੋੜ੍ਹਾ ਉਹ ਇੰਪਲਾਈ ਇਹਦੇ 'ਚ ਰਹਿ ਗਏ ਨੇ ਜਿਹੜੇ ਸੈਂਟਰ ਸਰਕਾਰ ਦੀ ਸਕੀਮਾਂ ਨਾਲ ਜਿਨ੍ਹਾਂ ਨੂੰ ਰੱਖਿਆ ਗਿਆ ਸੀਗਾ। ਇਹਦੇ 'ਚ ਫੰਡ ਜਿਹੜੇ ਨੇ ਉਹ ਸੈਂਟਰ ਸਰਕਾਰ ਜਿਹੜੇ ਨੇ, 60% ਸੈਂਟਰ ਸਰਕਾਰ ਦਿੰਦੀ ਆ, 40% ਸਾਡੀ ਸਰਕਾਰ ਦਿੰਦੀ ਆ ਸਟੇਟ ਦੀ। ਸੋ ਸੈਂਟਰ ਦੀਆਂ ਸਕੀਮਾਂ ਨਾਲ ਜਿਹੜੇ ਇੰਪਲਾਈ ਰੱਖੇ ਗਏ ਨੇ, ਸੋ ਪਤਾ ਨਹੀਂ ਕਿਸ ਵੇਲੇ ਉਹ ਸਕੀਮ ਬੰਦ ਹੋ ਜਾਣੀਆਂ। ਸੋ ਉਹਦੀ ਮੁਸ਼ਕਲ ਆ ਰਹੀ ਆ, ਪਰ ਫਿਰ ਵੀ ਪੰਜਾਬ ਸਰਕਾਰ ਇਹ ਸੋਚ ਰਹੀ ਆ ਕਿ ਸਾਡੇ ਪੰਜਾਬ ਦੇ ਬੱਚੇ ਨੇ, ਅਸੀਂ ਇਹਨਾਂ ਬਾਰੇ ਵੀ ਜਿਹੜੀਆਂ ਕੁਝ ਸਰਕਾਰੀ ਸਕੀਮਾਂ ਚੱਲ ਰਹੀਆਂ ਨੇ, ਮੰਗਲਵਾਰ ਦੀ ਮੀਟਿੰਗ ਅਸੀਂ ਰੱਖੀ ਆ। ਸੋ ਇਹਨਾਂ 'ਤੇ ਵੀ ਅਸੀਂ ਡਿਸੀਜਨ ਕਰ ਰਹੇ ਹਾਂ, ਕੋਈ ਹੱਲ ਨਿਕਲ ਜਾਏ।
ਇਹਨਾਂ ਬੱਚਿਆਂ ਨੂੰ ਵੀ ਅਸੀਂ ਜਿਹੜੇ 10 ਸਾਲ ਤੋਂ ਉੱਪਰ ਹੋ ਗਏ ਨੇ ਉਹਨਾਂ ਨੂੰ ਵੀ ਅਸੀਂ ਪੱਕਿਆ ਕਰ ਸਕੀਏ। ਸੋ ਉਹਦੇ ਬਾਰੇ ਵੀ ਅਸੀਂ ਮੰਗਲਵਾਰ ਮੀਟਿੰਗ ਜਿਹੜੀ ਆ ਚੰਡੀਗੜ੍ਹ 'ਚ ਰੱਖੀ ਆ, ਜਲਦੀ ਇਹਨਾਂ ਦਾ ਫੈਸਲਾ ਕਰ ਲਾਂ। ਸੋ ਕੋਈ ਇਹੋ ਜਿਹੀ ਗੱਲ ਨਹੀਂ, ਸਰਕਾਰ ਨੇ ਸਾਡੇ CM ਸਾਹਿਬ ਨੇ, ਤੁਹਾਨੂੰ ਪਤਾ ਸਾਡੇ ਕੋਲ 3 ਮਹੀਨੇ ਹੋਏ ਨੇ ਸਾਡੀ ਨਵੀਂ ਸਰਕਾਰ ਬਣੀ, ਕਿੱਡੇ ਕਿੱਡੇ ਵੱਡੇ ਡਿਸੀਜਨ ਜਿਹੜੇ ਨੇ ਉਹ ਸਾਡੀ ਸਰਕਾਰ ਨੇ ਲਏ ਨੇ। ਨਹੀਂ ਉਹ ਛੜੇ ਵੀ ਅਸੀਂ ਕੰਮ ਕੀਤੇ ਨੇ, ਥੋੜ੍ਹਾ ਵੀ ਉਸ ਵੇਲੇ ਕੰਮ ਨਹੀਂ ਹੋਏ, ਇੰਨੇ ਕੰਮ ਅਸੀਂ ਕੀਤੇ ਨੇ 5 ਸਾਲਾਂ 'ਚ, ਜਿੰਨੇ ਵਾਅਦੇ ਅਸੀਂ ਲੋਕਾਂ ਨਾਲ ਕੀਤੇ ਸੀ ਉਹ ਸਾਰੇ ਵਾਅਦੇ ਜਿਹੜੇ ਨੇ 95% ਜਿਹੜੇ ਵਾਅਦੇ ਅਸੀਂ ਕੀਤੇ ਸੀ ਆਪਣੇ ਮੈਨੀਫੈਸਟੋ 'ਚੋਂ ਉਹ ਅਸੀਂ ਪੂਰੇ ਕੀਤੇ ਨੇ। ਇੰਨੇ ਕੰਮ ਕੀਤੇ ਫਿਰ 3 ਮਹੀਨੇ ਪਹਿਲਾਂ ਨਵੀਂ ਸਰਕਾਰ ਕਿਉਂ ਲਿਆਉਣੀ ਪਈ? ਦੱਸੋ ਇਹ ਪਾਰਟੀ ਹੁਣ ਸਾਡੀ ਹਾਈਕਮਾਨ ਦੇ ਉੱਪਰ ਬੈਠੀ, ਇਹ ਪਾਰਟੀ ਦਾ ਫੈਸਲਾ, ਜੋ ਪਾਰਟੀ ਕਰਦੀ ਆ ਸਾਡੀ ਹਾਈਕਮਾਨ ਉਹ ਫੈਸਲਾ ਜਿਹੜਾ ਉਹ ਲਾਗੂ ਹੁੰਦਾ। ਉਹਦੇ ਵਿੱਚ ਕੋਈ ਮੈਡੀਕਲ ਕਾਲਜ ਬਣਾਉਣ ਦੀ ਮੰਗ ਹੈ ਜੀ ਰੋਪੜ ਦੇ ਵਿੱਚ, ਬਹੁਤ ਦੇਰ ਤੋਂ ਮੰਗ ਕਰ ਰਹੇ ਹਾਂ ਕਿਉਂਕਿ PGI ਜਾਣਾ ਪੈਂਦਾ ਇੱਥੋਂ ਦੇ ਲੋਕਾਂ ਨੂੰ। ਦੇਖੋ ਸਾਡੇ ਕੋਲ ਪਹਿਲਾਂ 3 ਆ ਜਿਹੜੀ ਗੱਲ ਕੀਤੀ ਆ ਵੀ ਵਾਅਦਿਆਂ ਦੀ, ਸਾਡੇ ਕੋਲ ਪਹਿਲਾਂ ਸਿਰਫ 3 ਮੈਡੀਕਲ ਕਾਲਜ ਸੀ ਪੰਜਾਬ 'ਚ, ਅੰਮ੍ਰਿਤਸਰ, ਪਟਿਆਲਾ, ਫਰੀਦਕੋਟ। ਸਾਡੀ ਸਰਕਾਰ ਨੇ 4.5 ਸਾਲ 'ਚ ਨਵੇਂ 4 ਮੈਡੀਕਲ ਕਾਲਜ ਜਿਹੜੇ ਨੇ ਉਹ ਪਾਸ ਕਰਵਾਏ ਨੇ ਸੈਂਟਰ ਗੌਰਮੈਂਟ ਕੋਲੋਂ। ਮੋਹਾਲੀ ਦਾ ਜਿਹੜਾ ਕਾਲਜ ਅਸੀਂ ਨਵਾਂ ਬਣਾਉਣ ਜਾ ਰਹੇ ਹਾਂ ਬਣ ਗਿਆ, ਉਹਦੀਆਂ ਕਲਾਸਾਂ ਲੱਗਣੀਆਂ ਚਾਲੂ ਹੋ ਗਈਆਂ ਨੇ, MBBS ਦੀਆਂ ਕਲਾਸਾਂ ਲੱਗਣੀਆਂ ਚਾਲੂ ਹੋ ਗਈਆਂ ਮੋਹਾਲੀ 'ਚ। ਦੂਸਰਾ ਕਪੂਰਥਲੇ ਮੈਡੀਕਲ ਕਾਲਜ, ਤੀਜਾ ਹੁਸ਼ਿਆਰਪੁਰ, ਚੌਥਾ ਸੰਗਰੂਰ, 4 ਮੈਡੀਕਲ ਕਾਲਜ ਜਿਹੜੇ ਨੇ ਉਹ ਸਾਡੇ ਬਣਨ ਜਾ ਰਹੇ ਨੇ। ਕੰਮ ਉਹਨਾਂ ਦਾ ਪ੍ਰੋਸੈਸ ਅਸੀਂ ਪੂਰਾ ਕਰ ਲਿਆ, ਹੁਣ ਉਹਨਾਂ ਦੇ ਨੀਂਹ ਪੱਥਰ ਜਿਹੜੇ ਮੋਹਾਲੀ ਵਾਲਾ ਜਿਹੜਾ ਸਟਾਰਟ ਕਰਤਾ, ਉਹਦੀਆਂ ਕਲਾਸਾਂ ਚਾਲੂ ਹੋ ਗਈਆਂ ਨੇ। 3 ਮੈਡੀਕਲ ਕਾਲਜ ਜਿਹੜੇ ਨੇ ਹੋਰ ਹੁਣੇ ਉਹਦੇ ਥੋੜ੍ਹੇ ਦਿਨਾਂ 'ਚ ਉਹਨਾਂ ਦੇ ਨੀਂਹ ਪੱਥਰ CM ਸਾਹਿਬ ਰੱਖ ਰਹੇ ਨੇ। ਸੋ ਮੈਂ ਸਮਝਣਾ ਇਹ ਬੜੀ ਵੱਡੀ ਸਰਕਾਰ ਦੀ ਪ੍ਰਾਪਤੀ ਆ ਪੰਜਾਬ ਸਰਕਾਰ ਦੀ। ਤੁਸੀਂ ਕਿਹੜੇ ਕਿਹੜੇ ਕੰਮ ਦੀ ਗੱਲ ਕਰੋਗੇ, ਤੁਸੀਂ ਪੁੱਛੋ ਵੀ ਸਰਕਾਰ ਨੇ ਕੀਤੇ ਕਿੰਨੇ ਕੰਮ ਨੇ, ਉਹਨਾਂ ਦੀ ਗਿਣਤੀ ਜਿਹੜੀ ਆ 95% ਆ ਜਿੰਨੇ ਅਸੀਂ ਵਾਅਦੇ ਕੀਤੇ ਸੀ। ਤੁਸੀਂ 1 ਮੈਡੀਕਲ ਕਾਲਜ ਦੀ ਗੱਲ ਕੀਤੀ, ਅਸੀਂ 4 ਕਾਲਜ ਮੈਡੀਕਲ ਕਾਲਜ ਪੰਜਾਬ 'ਚ ਬਣਾਉਣ ਜਾ ਰਹੇ ਹਾਂ।